ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮੰਗੀ ਮਹਾਲ। ਅੱਜ ਕੁਦਰਤ ਦੀ ਕਰੋਪੀ ਜਿਹੜੀ ਕਰੋਨਾ ਦੇ ਰੂਪ ਦੇ ਵਿੱਚ ਪੂਰੀ ਦੁਨੀਆ 'ਚ ਪੂਰੇ ਵਰਲਡ ਦੇ ਵਿੱਚ ਫੈਲ ਰਹੀ ਹੈ, ਉਸ ਵਿਸ਼ੇ 'ਤੇ ਮੈਂ ਗੱਲ ਕਰ ਰਿਹਾ। 2-4-5 ਦਿਨ ਹੋ ਗਏ ਆ, ਮੈਂ ਦੇਖ ਰਿਹਾ ਸੀਗਾ ਆਹ ਗਰੁੱਪਾਂ ਦੇ ਵਿੱਚ ਮਜ਼ਾਕ ਦੀਆਂ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ, ਕੋਈ ਟਿਕਟੋਕ 'ਤੇ ਮਜ਼ਾਕ ਕਰੀ ਜਾਂਦਾ, ਜਦਕਿ ਇਹ ਮਜ਼ਾਕ ਦਾ ਵਿਸ਼ਾ ਨਹੀਂ ਗਾ। ਇਹ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ ਟਾਈਮ ਹੈ ਇਸ ਵੇਲੇ ਕਿ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਸਭ ਦਾ ਭਲਾ ਮੰਗੀਏ, ਦੁਨੀਆਂ ਦੇ ਵਿੱਚ ਸਭ 'ਤੇ ਸੁੱਖ ਸ਼ਾਂਤੀ ਹੋਵੇ। ਇਹ ਦੁੱਖ ਵੀ ਸਾਨੂੰ ਤਾਂ ਮਿਲਿਆ ਜਦੋਂ ਅਸੀਂ ਕੁਦਰਤ ਦੇ ਅੰਗੇਸਟ ਹੋ ਗਏ ਹਾਂ, ਕੁਦਰਤ ਨੂੰ ਅਸੀਂ ਦੁੱਖ ਬਹੁਤ ਦੇ ਚੁੱਕੇ ਹਾਂ, ਇਸ ਕਰਕੇ ਪਰਮਾਤਮਾ ਨੇ ਸਾਨੂੰ ਇੱਕ ਝਟਕਾ ਦਿੱਤਾ। ਹਜੇ ਵੀ ਬੰਦੇ ਦੇ ਪੁੱਤ ਬਣ ਜਾਈਏ, ਇਸ ਚੀਜ਼ ਨੂੰ ਮਜ਼ਾਕ 'ਚ ਨਾ ਲਓ। ਜਿਹਨਾਂ ਕੰਟਰੀਆਂ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਨੇ ਨਾ ਇਟਲੀ ਵਰਗੀਆਂ ਦੇ, ਤੁਹਾਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ। ਇਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਔਰ ਮਜ਼ਾਕ 'ਚ ਨਾ ਇਸ ਚੀਜ਼ ਨੂੰ ਲਓ। ਸੁਚੇਤ ਰਹਿ ਕੇ ਸਾਫ ਸੁਥਰੇ ਹੱਥ ਰੱਖੋ। ਜੋ ਵੀ ਤੁਹਾਨੂੰ ਗੌਰਮੈਂਟ ਨੇ ਕਿਹਾ, ਆਪਣੇ ਅੰਦਰ ਦੇ ਵਿੱਚ ਬੈਠੋ, ਇਹਦੇ ਵਿੱਚ ਆਪਣਾ ਸਭ ਦਾ ਭਲਾ। ਔਰ ਇਸ ਦੌਰਾਨ ਜੋ ਪੁਲਿਸ ਦਾ ਸਹਿਯੋਗ ਮਿਲ ਰਿਹਾ, ਮੈਂ ਪੰਜਾਬ ਪੁਲਿਸ ਨੂੰ ਸਲੂਟ ਮਾਰਦਾ। ਪੰਜਾਬ ਪੁਲਿਸ ਨੇ ਜੇਠੇ ਪੁੱਤ ਹੋਣ ਦਾ ਸਬੂਤ ਦਿੱਤਾ ਇਸ ਸਮੇਂ ਦੇ ਵਿੱਚ। ਆਪਣੇ ਬੱਚਿਆਂ ਨੂੰ ਛੱਡ ਕੇ ਦਿਨ ਰਾਤ ਸੜਕਾਂ ਤੇ ਘੁੰਮ ਰਹੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ। ਕੀ ਉਹਨਾਂ ਦੇ ਬੱਚੇ ਨੇ? ਉਹਨਾਂ ਦੇ ਵੀ ਬੱਚੇ ਨੇ। ਸੋ ਉਹਨਾਂ ਦਾ ਸਹਿਯੋਗ ਦਿਓ। ਦੂਸਰੀ ਗੱਲ, ਮੈਂ ਗੌਰਮੈਂਟਾਂ ਨੂੰ ਇਹ ਕਹਿਣਾ ਚਾਹੁੰਦਾ, ਬਹੁਤ ਅੱਛੇ ਕਦਮ ਗੌਰਮੈਂਟ ਨੇ ਸਾਡੀ ਲਈ, ਇੰਡੀਆ ਦੀ ਨੇ ਚੁੱਕੇ ਆ, ਪੰਜਾਬ ਦੀ ਗੌਰਮੈਂਟ ਨੇ ਬਹੁਤ ਅੱਛੇ ਕਦਮ ਚੁੱਕੇ ਨੇ। ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਰਹੀਏ, ਸਾਫ਼ ਸੁਥਰੇ ਰਹੀਏ, ਆਪਣੇ ਹੱਥਾਂ ਨੂੰ ਸਾਫ਼ ਕਰੀਏ, ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦੇ ਵਿੱਚ ਟਾਈਮ ਬੈਠ ਕੇ ਸਪੈਂਡ ਕਰੋ। ਮੈਨੂੰ ਕਿਸੇ ਨੇ ਪੁੱਛਿਆ ਸੀ, ਮੰਗੀ ਜੀ ਰੱਬ ਹੈ? ਮੈਂ ਕਿਹਾ ਸੀ ਹਾਂ ਹੈ। ਕਹਿੰਦਾ ਤੁਸੀਂ ਦੇਖਿਆ? ਮੈਂ ਕਿਹਾ ਨਹੀਂ ਜੀ। ਮੈਂ ਕਿਹਾ ਹਵਾ ਹੈ? ਕਹਿੰਦਾ ਹੈ। ਮੈਂ ਕਿਹਾ ਤੁਸੀਂ ਦੇਖੀ? ਕਹਿੰਦਾ ਨਹੀਂ। ਮੈਂ ਕਿਹਾ 5 ਦਿਨ ਹੋਏ ਮੈਂ ਤੁਹਾਡੀ ਕੰਟਰੀ ਵਿੱਚ ਆਇਆ, ਆ ਫਿੰਗਰ ਲਾ ਕੇ ਉੱਥੋਂ ਲੰਘਣ ਦਿੱਤਾ ਮੈਨੂੰ। ਰੱਬ ਦੀ ਇਹ ਤੋਂ ਵੱਡੀ ਤੁਸੀਂ ਕਲਾਕਾਰੀ ਹੋਰ ਕੀ ਚਾਹੁੰਦੇ ਆ? ਸਬੂਤ ਕੀ ਚਾਹੁੰਦੇ ਆ ਕਿ ਖਰਬਾਂ ਦੇ ਅਰਬਾਂ ਖਰਬਾਂ ਦੁਨੀਆ ਆ, ਇੱਕ ਫਿੰਗਰ ਹੀ ਨਹੀਂ ਕਿਸੇ ਨਾਲ ਮਿਲਦਾ? ਇਸ ਕਰਕੇ ਰੱਬ ਨੂੰ ਚੈਲੰਜ ਨਾ ਕਰੋ, ਰੱਬ ਤੋਂ ਡਰੋ, ਸਰਬੱਤ ਦਾ ਭਲਾ ਮੰਗੋ। ਰੱਬ ਦੀ ਕੀਤੀ ਰੱਬ ਹੀ ਠੀਕ ਕਰ ਸਕਦਾ। ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ, ਬੁਝਾਉਂਦੇ ਰਹੇ, ਕਿਸੇ ਤੋਂ ਨਹੀਂ ਬੁਝੀ। ਜਦੋਂ ਕੁਦਰਤ ਨੇ ਮੀਂਹ ਪਾਇਆ ਉਦੋਂ ਹੀ ਬੁਝੀ ਆ। ਇਸ ਕਰਕੇ ਕੁਦਰਤ ਦਾ ਸਤਿਕਾਰ ਕਰੋ, ਕੁਦਰਤ ਤੋਂ ਡਰੋ ਔਰ ਹਰ ਇੱਕ ਨੂੰ ਪਿਆਰ ਕਰੋ, ਮੁਹੱਬਤ ਕਰੋ। ਅੱਜ ਦੋਸਤੋ ਅਸੀਂ ਆਪਣੇ ਪਿੰਡ ਲੋਹਾਰਾਂ 'ਚ ਅਤੇ ਇੱਕ ਬਸਤੀਆਂ ਦੇ ਵਿੱਚ ਅਤੇ ਇੱਕ ਸਿੰਘਾ ਪਿੰਡ ਦੇ ਵਿੱਚ ਅੱਜ ਰਾਸ਼ਨ ਦੀਆਂ ਅਸੀਂ ਜਿਹੜੀਆਂ ਕਿੱਟਾਂ ਬਣ ਕੇ ਆਏ, ਰਾਸ਼ਨ ਦੇ ਕੇ ਆਏ ਲੋੜਵੰਦ ਲੋਕਾਂ ਨੂੰ, ਅਤੇ ਦਿਲ ਨੂੰ ਬੜਾ ਸਕੂਨ ਮਿਲਿਆ। ਇਹ ਜਿਹੜਾ ਅਸੀਂ ਰਾਸ਼ਨ ਵੰਡਿਆ ਹੈ, ਇਹ ਖਾਲਸਾ ਐਡ ਵੱਲੋਂ ਨਹੀਂ ਅਸੀਂ ਵੰਡਿਆ ਅੱਜ, ਇਹ ਸਾਡੀ ਸਰਪ੍ਰਸਤੀ ਜਸਪ੍ਰੀਤ ਦਈ ਆ, ਸਾਡਾ ਵੀਰ, ਸਾਡੀ ਗੱਡੀ ਦਾ ਇੰਜਨ, ਉਹਦੀ ਸਰਪ੍ਰਸਤੀ ਦੇ ਵਿੱਚ ਸਾਰੇ ਮਿੱਤਰਾਂ ਦੇ ਨਾਲ ਮਿਲ ਕੇ ਜਿਹੜਾ ਉਹ ਵੰਡਿਆ ਅਸੀਂ। ਸੋ ਦਿਲ ਨੂੰ ਬੜਾ ਸਕੂਨ ਮਿਲਿਆ। ਮੈਂ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਆਪਣੇ ਜਿੰਨੇ ਦੋਸਤ ਮਿੱਤਰ ਨੇ, ਜੋ ਵੀ ਦਸਵੰਧ ਮਾੜਾ ਮੋਟਾ ਕੱਢ ਸਕਦੇ ਹੋ ਤੁਸੀਂ ਆਪਣੇ ਪਿੰਡਾਂ ਲਈ ਕੱਢੋ, ਪਰ ਉਹਨਾਂ ਲੋਕਾਂ ਨੂੰ ਜਿਹੜਾ ਰਾਸ਼ਨ ਦਿਓ ਜਿਹਨਾਂ ਨੂੰ ਨੀਡ ਆ, ਜਿਹਨਾਂ ਨੂੰ ਲੋੜ ਆ।